ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਸਿਉਮ ਪੁਲ ਦਾ ਉਦਘਾਟਨ ਕੀਤਾ ਨਾਲ ਹੀ ਉਹਨਾਂ ਨੇ ਬਾਰਡਰ ਰੋਡ ਆਰਗੇਨਾਈਜੇਸ਼ਨ ਬੀਆਰਓ ਵੱਲੋਂ ਪੂਰੇ ਕੀਤੇ ਗਏ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ 724 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਹਨਾਂ ਪ੍ਰੋਜੈਕਟਾਂ ਨਾਲ ਭਾਰਤ ਦੇ ਬਾਰਡਰ ਤੇ ਖਾਸ ਕਰਕੇ ਲੱਦਾਖ ਤੋਂ ਅਰੁਣਾਚਲ ਤੱਕ ਚੀਨ ਨਾਲ ਲੱਗਦੀ ਸਰਹੱਦ ਤੇ ਬੁਨਿਆਦੀ ਢਾਂਚਾ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ ਅਲੰਗ ਇਕਯੰਗ ਸੜਕਤੇ ਬਣਾਏ ਗਏ ਸਿਉਮ ਪੁਲ ਦੀ ਮਦਦ ਨਾਲ ਫੌਜੀ ਗੱਡੀਆਂ ਤੇ ਅਥਿਹਾਰਾਂ ਨੂੰ ਸਰਹਦੀ ਇਲਾਕੇ ਸਿਉੰਗ ਜ਼ਿਲ ਖੇਤਰ ਵਿੱਚ ਪਾਉਣ ਚ ਮਦਦ ਮਿਲੇਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਰਚੁਅਲ ਟਾਂਗ ਨਾਲ ਸਿਉਂਗ ਪੁਲ ਤੋਂ ਅਰੁਣਾਚਲ ਪ੍ਰਦੇਸ਼ ਜੰਮੂ ਕਸ਼ਮੀਰ ਲਦਾਖ ਉੱਤਰਾਖੰਡ ਸਿੱਕਮ ਪੰਜਾਬ ਤੇ ਰਾਜਸਥਾਨ ਚ 21 ਹੋਰ ਪੁਲਾਂ ਤਿੰਨ ਸੜਕਾਂ ਤੇ ਤਿੰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ